ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਬਹੁਤ ਹੀ ਪਿਆਰ ਸਹਿਤ ਵਾਗੁਰਜ ਜੀ ਕਾ ਖਾਲਸਾ ਵਾਗੁਰਜ ਜੀ ਕੀ ਫਤਿਹ ਆਪ ਜੀ ਨੂੰ ਜਾਣ ਕੇ ਬਹੁਤ ਪ੍ਰਸੰਨਤਾ ਹੋਵੇਗੀ ਕਿ ਗੁਰਮਤਿ ਫਿਲਾਸਫੀ ਕੋਰਸ ਦੀ ਸੰਪੂਰਨਤਾ ਤੋਂ ਬਾਅਦ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਜਿੰ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਅਦਭੁਤ ਅਤੇ ਵਿਸਨਾਦੀ ਵਿਆਖਿਆ ਸੰਬੰਧੀ ਜਪਜੀ ਸਾਹਿਬ ਵਿਚਾਰ ਕੋਰਸ ਆਰੰਭ ਹੋਣ ਜਾ ਰਿਹਾ ਹੈ ਇਹ ਕੋਰਸ 1 ਅਕਤੂਬਰ ਤੋਂ ਲੈ ਕੇ 31 ਦਸੰਬਰ 2021 ਤਿੰਨ ਮਹੀਨਿਆਂ ਦੇ ਲਈ ਕਰਾਇਆ ਜਾਵੇਗਾ। ਔਰ ਇਸ ਕੋਰਸ ਨੂੰ ਕਰਨ ਦੇ ਲਈ ਆਪ ਜੀ ਨੂੰ ਕਿਸੇ ਵਿਸ਼ੇਸ਼ ਥਾਂ ਤੇ ਰੋਜ਼ਾਨਾ ਜਾਣ ਦੀ ਜ਼ਰੂਰਤ ਨਹੀਂ ਹੈ। ਬਰਕਿ ਘਰ ਬੈਠਿਆਂ ਆਪ ਜੀ ਕੋਰਸ ਕਰ ਸਕਦੇ ਹੋ। ਜ਼ੂਮ ਐਪ ਦੇ ਰਾਹੀਂ ਹਰ ਸੋਮਵਾਰ ਅਤੇ ਵੀਰਵਾਰ ਨੂੰ ਡੇਢ ਘੰਟੇ ਦੀ ਕਲਾਸ ਲਗਾਈ ਜਾਇਆ ਕਰੇਗੀ ਜਿਦੇ ਵਿੱਚ ਵਿਚਾਰ ਦੇ ਨਾਲ-ਨਾਲ ਸਵਾਲ ਜਵਾਬੀ ਹੋਇਆ ਕਰਨਗੇ। ਤਾਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਸਾਰ ਹੈ ਜਪਜੀ ਸਾਹਿਬ ਦੀ ਬਾਣੀ ਤੇ ਜਪਜੀ ਸਾਹਿਬ ਦੀ ਬਾਣੀ ਰੋਜ਼ਾਨਾ ਸਾਡੇ ਜੀਵਨ ਦੇ ਵਿੱਚ ਬਖੂਬੀ ਸਾਡੀ ਅਗਵਾਈ ਕਰਦੀ ਹੈ ਇਸ ਕੋਰਸ ਦੇ ਵਿੱਚ ਰੋਜ਼ਾਨਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਜ਼ਿੰਦਗੀ ਜਿਉਣ ਲਈ ਕੀ ਉਪਦੇਸ਼ ਕਰਦੇ ਨੇ ਭਾਵ ਰੋਜ਼ਾਨਾ ਸਾਡੀ ਜ਼ਿੰਦਗੀ ਦੇ ਲਈ ਜਪਜੀ ਸਾਹਿਬ ਦੀ ਬਾਣੀ ਕਿੰਨੇ ਮਹੱਤਵਪੂਰਨ ਹੈ ਇਸ ਸੰਬੰਧੀ ਵਿਚਾਰਾ ਹੋਣਗੇ ਇਹਦੇ ਨਾਲ ਨਾਲ ਜਪਜੀ ਸਾਹਿਬ ਦੀ ਬਾਣੀ ਦੀ ਸਿਧਾਂਤਕ ਵਿਚਾਰ ਕੀਤੀ ਜਾਏਗੀ ਭਾਵ ਸਮੁੱਚੇ ਗੁਰਗ੍ਰੰਥ ਸਾਹਿਬ ਦੀ ਬਾਣੀ ਦਾ ਸਾਰ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਦੇਖਾਂਗੇ ਨਾਲ ਨਾਲ ਜਪਜੀ ਸਾਹਿਬ ਦੀ ਬਾਣੀ ਵਿੱਚ ਆਏ ਹੋਏ ਸ਼ਬਦਾਂ ਦੇ ਵਿਆਕਰਨਿਕ ਨਿਮਾ ਨਮੀ ਸਮਝਣ ਦਾ ਯਤਨ ਕਰਾਂਗੇ ਇਹਦੇ ਤੋਂ ਇਲਾਵਾ ਟੈਲੀਗ੍ਰਾਮ ਐਪ ਦੇ ਰਾਹੀਂ ਇਸ ਕਲਾਸ ਦੇ ਵਿੱਚ ਹੋਮਵਰਕ ਵੀ ਪਾਇਆ ਜਾਏਗਾ ਵਿਚਾਰਾਂ ਵੀ ਹੋਣਗੀਆਂ ਔਰ ਆਪ ਜੀ ਦਾ ਹੋਮਵਰਕ ਵੀ ਚੈੱਕ ਕੀਤਾ ਜਾਏਗਾ ਇਸ ਕੋਰਸ ਤੋਂ ਬਾਅਦ ਆਖਰੀ ਦਿਨ ਪ੍ਰੀਖਿਆ ਵੀ ਲਈ ਜਾਏਗੀ ਜਿਹੜੇ ਗੁਰਮੁਖ ਸੱਜਣ ਪ੍ਰੀਖਿਆ ਦੇਣ ਦੇ ਚਾਹਵਾਨ ਹੋਣਗੇ ਉਹ ਪ੍ਰੀਖਿਆ ਦੇ ਸਕਦੇ ਹਨ ਔਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਪਹਿਲਾ ਦੂਜਾ ਤੀਜਾ ਸਥਾਨ ਵੀ ਐਲਾਨਿਆ ਜਾਏਗਾ ਤੇ ਪ੍ਰੀਖਿਆ ਦੇਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ਤਿੰਨ ਮਹੀਨਿਆਂ ਦੇ ਕੋਰਸ ਦੀ ਫੀਸ ਇੰਗਲੈਂਡ ਦੇ 80 ਪਾਉਂਡ ਇੰਡੀਆ ਤੋਂ ਬਾਹਰ ਰਹਿਣ ਵਾਲੇ ਗੁਰਮੁਖ ਸੱਜਣਾਂ ਲਈ ਤੇ ਇੰਡੀਆ ਵਿੱਚ ਰਹਿਣ ਵਾਲਿਆਂ ਦੇ ਲਈ 6000 ਰੁਪਏ ਫੀਸ ਰੱਖੀ ਗਈ ਹੈ ਜਿਹੜੇ ਗੁਰਮੁਖ ਸੱਜਣ ਫੀਸ ਦੇਣ ਤੋਂ ਅਸਮਰਥ ਹੋਣ ਉਹ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹਨ ਆਪ ਜੀ ਦੇ ਲਈ ਇੰਗਲੈਂਡ ਦੇ ਅਕਾਊਂਟ ਅਤੇ ਇੰਡੀਆ ਦੇ ਅਕਾਊਂਟ ਦੀ ਡਿਟੇਲ ਸਕਰੀਨ ਉੱਪਰ ਦੇ ਦਿੱਤੀ ਗਈ ਹੈ ਆਪ ਜੀ ਇਸ ਕੋਰਸ ਦੇ ਵਿੱਚ ਦਾਖਲਾ ਲਓ ਅਤੇ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ 3 ਮਹੀਨਿਆਂ ਦੇ ਇਸ ਕੋਰਸ ਵਿੱਚ ਸ਼ਾਮਲ ਹੋ ਕੇ ਜਪਜੀ ਸਾਹਿਬ ਦੀ ਬਾਣੀ ਦਾ ਸਾਰ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਸਦਾਂਤਕ ਵਿਚਾਰ ਵਿਆਕਰਨਿਕ ਨੇਮ ਰੋਜ਼ਾਨਾ ਜ਼ਿੰਦਗੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਅਗਵਾਈ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਹੋਈਆ ਪੁੱਲਾਂ ਖਿਮਾ ਫਤੇਬਲਾਉ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ